ਆ ਤਾਂ ਚੋਰਾਂ ਨੇ ਹੱਦ ਹੀ ਲਾ ਦਿੱਤੀ। ਦੱਸ ਦਈਏ ਕਿ ਪੂਰੀ ਏਟੀਐਮ ਮਸ਼ੀਨ ਨੂੰ ਹੀ ਪੱਟ ਕੇ ਆਪਣੇ ਨਾਲ ਲੈ ਗਏ ਨੇ। ਦਰਅਸਲ ਚੋਰਾਂ ਦੇ ਵੱਲੋਂ ਪਹਿਲਾਂ ਤਾਂ ਏਟੀਐਮ ਦੇ ਅੰਦਰ ਦਾਖਲ ਹੋਇਆ ਜਾਂਦਾ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਕਾਰ ਜੋ ਹੈ ਬਾਹਰ ਖੜੀ ਹੁੰਦੀ ਹੈ ਤੇ ਏਟੀਐਮ ਮਸ਼ੀਨ ਦੇ ਵਿੱਚ ਉਹ ਰੱਸਾ ਪਾ ਦਿੰਦੇ ਨੇ। ਰੱਸੇ ਦੇ ਨਾਲ ਪਾ ਕੇ ਖਿੱਚਿਆ ਜਾਂਦਾ। ਹਾਲਾਂਕਿ ਪਹਿਲਾਂ ਤਾਂ ਏਟੀਐਮ ਮਸ਼ੀਨ ਅੱਧੀ ਟੁੱਟਦੀ ਹੈ ਤੇ ਜਦੋਂ ਦੂਸਰੀ ਵਾਰੀ ਫੇਰ ਤੋਂ ਇਸ ਦੇ ਵਿੱਚ ਰੱਸਾ ਪਾਇਆ ਜਾਂਦਾ ਤਾਂ ਪੂਰੀ ਮਸ਼ੀਨ ਹੀ ਜੜ ਤੋਂ ਉਖੜ ਜਾਂਦੀ ਹੈ, ਜਿਸ ਤੋਂ ਬਾਅਦ ਚੋਰ ਪੂਰੀ ਏਟੀਐਮ ਮਸ਼ੀਨ ਲੈ ਕੇ ਹੀ ਫਰਾਰ ਹੋ ਗਏ ਨੇ। ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਿੱਥੇ ਏਟੀਐਮ ਮਸ਼ੀਨ ਲੱਗੀ ਹੋਈ ਹੈ ਉਸ ਕੈਬਿਨ ਦੇ ਅੰਦਰ ਦੋ ਚੋਰ ਨਕਾਬਪੋਸ਼ ਪਾ ਕੇ ਦਾਖਲ ਹੁੰਦੇ ਨੇ ਤੇ ਦਾਖਲ ਹੁੰਦੇ ਸਾਰ ਹੀ ਉਹਨਾਂ ਦੇ ਵੱਲੋਂ ਰੱਸਾ ਜੋ ਹੈ ਉਹ ਮਸ਼ੀਨ ਨੂੰ ਪਾਇਆ ਜਾਂਦਾ ਤੇ ਕਾਰ ਦੇ ਨਾਲ ਬਾਹਰ ਖਿੱਚ ਦਿੱਤਾ ਜਾਂਦਾ। ਪਹਿਲਾਂ ਤਾਂ ਅੱਧੀ ਮਸ਼ੀਨ ਉਖੜਦੀ ਹੈ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਦੋਵੇਂ ਚੋਰ ਦਾਖਲ ਹੁੰਦੇ ਨੇ, ਦੁਬਾਰਾ ਮਸ਼ੀਨ ਨੂੰ ਰੱਸਾ ਪਾਇਆ ਜਾਂਦਾ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਜਦੋਂ ਖਿੱਚਦੇ ਨੇ ਤਾਂ ਪੂਰੀ ਮਸ਼ੀਨ ਹੀ ਜੜ ਤੋਂ ਉਖੜ ਜਾਂਦੀ ਹੈ ਤੇ ਇਸ ਮਸ਼ੀਨ ਨੂੰ ਚੁੱਕ ਕੇ ਇਹ ਫਰਾਰ ਹੋ ਗਏ ਨੇ। ਹਾਲਾਂਕਿ ਇਸ ਘਟਨਾ ਦੇ ਵਿੱਚ ਤਿੰਨ ਚੋਰ ਸ਼ਾਮਿਲ ਦੱਸੇ ਜਾ ਰਹੇ ਨੇ। ਦੋ ਚੋਰਾਂ ਦੇ ਵੱਲੋਂ ਪਹਿਲਾਂ ਰੱਸੇ ਪਾਏ ਜਾਂਦੇ ਨੇ ਪਰ ਜਦੋਂ ਮਸ਼ੀਨ ਚੁਕਵਾਉਣੀ ਹੁੰਦੀ ਹੈ ਤਾਂ ਤੀਸਰਾ ਚੋਰ ਵੀ ਮੌਕੇ ਦੇ ਉੱਤੇ ਪਹੁੰਚਦਾ ਅਤੇ ਕਾਰ ਦੇ ਵਿੱਚ ਰੱਖ ਕੇ ਇਹ ਪੂਰੀ ਮਸ਼ੀਨ ਨੂੰ ਹੀ ਆਪਣੇ ਨਾਲ ਲੈ ਗਏ ਨੇ। ਹਾਲਾਂਕਿ ਇਹ ਵੀਡੀਓ ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਬੇਖੌਫ ਹੋਏ ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਆ ਤਾਂ ਚੋਰਾਂ ਨੇ ਹੱਦ ਹੀ ਲਾ ਦਿੱਤੀ। ਦੱਸ ਦਈਏ ਕਿ ਪੂਰੀ ਏਟੀਐਮ ਮਸ਼ੀਨ ਨੂੰ ਹੀ ਪੱਟ ਕੇ ਆਪਣੇ ਨਾਲ ਲੈ ਗਏ ਨੇ। ਦਰਅਸਲ ਚੋਰਾਂ ਦੇ ਵੱਲੋਂ ਪਹਿਲਾਂ ਤਾਂ ਏਟੀਐਮ ਦੇ ਅੰਦਰ ਦਾਖਲ ਹੋਇਆ ਜਾਂਦਾ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਕਾਰ ਜੋ ਹੈ ਬਾਹਰ ਖੜੀ ਹੁੰਦੀ ਹੈ ਤੇ ਏਟੀਐਮ ਮਸ਼ੀਨ ਦੇ ਵਿੱਚ ਉਹ ਰੱਸਾ ਪਾ ਦਿੰਦੇ ਨੇ। ਰੱਸੇ ਦੇ ਨਾਲ ਪਾ ਕੇ ਖਿੱਚਿਆ ਜਾਂਦਾ। ਹਾਲਾਂਕਿ ਪਹਿਲਾਂ ਤਾਂ ਏਟੀਐਮ ਮਸ਼ੀਨ ਅੱਧੀ ਟੁੱਟਦੀ ਹੈ ਤੇ ਜਦੋਂ ਦੂਸਰੀ ਵਾਰੀ ਫੇਰ ਤੋਂ ਇਸ ਦੇ ਵਿੱਚ ਰੱਸਾ ਪਾਇਆ ਜਾਂਦਾ ਤਾਂ ਪੂਰੀ ਮਸ਼ੀਨ ਹੀ ਜੜ ਤੋਂ ਉਖੜ ਜਾਂਦੀ ਹੈ, ਜਿਸ ਤੋਂ ਬਾਅਦ ਚੋਰ ਪੂਰੀ ਏਟੀਐਮ ਮਸ਼ੀਨ ਲੈ ਕੇ ਹੀ ਫਰਾਰ ਹੋ ਗਏ ਨੇ। ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਿੱਥੇ ਏਟੀਐਮ ਮਸ਼ੀਨ ਲੱਗੀ ਹੋਈ ਹੈ ਉਸ ਕੈਬਿਨ ਦੇ ਅੰਦਰ ਦੋ ਚੋਰ ਨਕਾਬਪੋਸ਼ ਪਾ ਕੇ ਦਾਖਲ ਹੁੰਦੇ ਨੇ ਤੇ ਦਾਖਲ ਹੁੰਦੇ ਸਾਰ ਹੀ ਉਹਨਾਂ ਦੇ ਵੱਲੋਂ ਰੱਸਾ ਜੋ ਹੈ ਉਹ ਮਸ਼ੀਨ ਨੂੰ ਪਾਇਆ ਜਾਂਦਾ ਤੇ ਕਾਰ ਦੇ ਨਾਲ ਬਾਹਰ ਖਿੱਚ ਦਿੱਤਾ ਜਾਂਦਾ। ਪਹਿਲਾਂ ਤਾਂ ਅੱਧੀ ਮਸ਼ੀਨ ਉਖੜਦੀ ਹੈ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਦੋਵੇਂ ਚੋਰ ਦਾਖਲ ਹੁੰਦੇ ਨੇ, ਦੁਬਾਰਾ ਮਸ਼ੀਨ ਨੂੰ ਰੱਸਾ ਪਾਇਆ ਜਾਂਦਾ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਜਦੋਂ ਖਿੱਚਦੇ ਨੇ ਤਾਂ ਪੂਰੀ ਮਸ਼ੀਨ ਹੀ ਜੜ ਤੋਂ ਉਖੜ ਜਾਂਦੀ ਹੈ ਤੇ ਇਸ ਮਸ਼ੀਨ ਨੂੰ ਚੁੱਕ ਕੇ ਇਹ ਫਰਾਰ ਹੋ ਗਏ ਨੇ। ਹਾਲਾਂਕਿ ਇਸ ਘਟਨਾ ਦੇ ਵਿੱਚ ਤਿੰਨ ਚੋਰ ਸ਼ਾਮਿਲ ਦੱਸੇ ਜਾ ਰਹੇ ਨੇ। ਦੋ ਚੋਰਾਂ ਦੇ ਵੱਲੋਂ ਪਹਿਲਾਂ ਰੱਸੇ ਪਾਏ ਜਾਂਦੇ ਨੇ ਪਰ ਜਦੋਂ ਮਸ਼ੀਨ ਚੁਕਵਾਉਣੀ ਹੁੰਦੀ ਹੈ ਤਾਂ ਤੀਸਰਾ ਚੋਰ ਵੀ ਮੌਕੇ ਦੇ ਉੱਤੇ ਪਹੁੰਚਦਾ ਅਤੇ ਕਾਰ ਦੇ ਵਿੱਚ ਰੱਖ ਕੇ ਇਹ ਪੂਰੀ ਮਸ਼ੀਨ ਨੂੰ ਹੀ ਆਪਣੇ ਨਾਲ ਲੈ ਗਏ ਨੇ। ਹਾਲਾਂਕਿ ਇਹ ਵੀਡੀਓ ਮਹਾਰਾਸ਼ਟਰ ਦੇ ਬੀੜ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਬੇਖੌਫ ਹੋਏ ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।